ਸਸ਼ੀਕਾਲ ਜੀ। ਸਸ਼ੀਕਾਲ, ਕਿਵੇਂ ਹੋ ਸਾਰੇ ਜਣੇ? ਬਹੁਤ ਸੋ ਵਧੀਆ ਹੋਵਾਂਗੇ। ਤੇ ਅੱਜ ਅਸੀਂ ਜਾ ਰਹੇ ਆ ਗਰੋਸਰੀ ਲੈਣ ਸੁਪਰ ਸਟੋਰ, ਤੇ ਅਸੀਂ ਸੋਚਿਆ ਕਿ ਚਲੋ ਅੱਜ ਦਾ ਇੱਕ ਵਲੌਗ ਬਣਾ ਲਿਆ ਜਾਵੇ। ਤੇ ਅੱਜ ਦਾ ਮੌਸਮ ਇੰਨਾ ਸੋਹਣਾ ਹੋਇਆ ਹੋਇਆ, ਬਹੁਤ ਰੇਅਰ ਹੈ ਇੱਥੇ ਕੈਲਗਰੀ ਦੇ ਵਿੱਚ ਮੀਂਹ ਪੈਂਦਾ, ਵੈਸੇ ਸਨੋ ਹੀ ਪੈਂਦੀ ਹੈ ਜ਼ਿਆਦਾਤਰ, ਤੇ ਅੱਜ ਮੀਂਹ ਪੈ ਰਿਹਾ, ਚਾਹ ਪਕੌੜਿਆਂ ਵਾਲਾ ਮੌਸਮ ਹੋਇਆ ਹੋਇਆ। ਤੇ ਚਲੋ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਅੱਜ ਦਾ ਮੌਸਮ। ਮੈਂ ਬੈਲਟ ਨਹੀਂ ਲੱਗੀ, ਬੈਲਟ ਲਗਾ ਤੇ ਪੁੱਲ ਓਵਰ ਕਰ ਦੋ ਬੈਲਟ। ਜੀ ਅਸੀਂ ਇੱਧਰ ਮੌਸਮ 'ਚ ਨਾ ਅੱਜ ਥੋੜ੍ਹੇ ਜਿਹੇ ਨਜ਼ਾਰੇ ਲੈਣ ਆਏ ਹਾਂ, ਮੀਂਹ ਕਾਫੀ ਤੇਜ਼ ਆ ਰਿਹਾ ਸੀ। ਸਾਢੇ ਚਾਰ ਹੋਏ ਹੋਏ ਨੇ ਅਤੇ ਦੇਖੋ 7 ਵਜੇ ਇੱਥੇ ਇੱਦਾਂ ਲੱਗਦਾ ਕਿ 8 ਵਜੇ ਆਉਣਗੇ, 7-8। ਉੱਦਾਂ ਵੀ ਠੰਡ ਦੇ ਵਿੱਚ ਆ ਕੇ ਨਾ ਦਿਨ ਬਹੁਤ ਹੀ ਜ਼ਿਆਦਾ ਛੋਟੇ ਹੋ ਜਾਂਦੇ ਆ, ਈਵਨ ਕਿ ਇੰਡੀਆ ਦੇ ਨਾਲੋਂ ਵੀ ਦਿਨ ਛੋਟੇ ਹੋ ਜਾਂਦੇ ਆ। 4 ਵਜੇ ਜਾ ਕੇ ਇੱਥੇ ਹਨੇਰਾ ਹੋਣ ਲੱਗ ਜਾਂਦਾ ਤੇ 8:30 ਵਜੇ ਤੱਕ ਚੱਲਦਾ ਠੰਡ ਦੇ ਵਿੱਚ। ਤੇ ਗਰਮੀਆਂ ਦੇ ਵਿੱਚ 9 ਵਜੇ ਜਾਂ 10 ਵਜੇ ਆਪਣਾ ਸੂਰਜ ਹੈ ਜਿਹੜਾ ਉਹ ਛਿਪਦਾ, ਤੇ ਆਲਮੋਸਟ 11 ਵਜੇ ਤੱਕ ਵੀ ਸੂਰਜ ਦਾ ਹਲਕਾ ਹਲਕਾ ਚੰਨ ਰਾਤ ਨੂੰ ਰਹਿੰਦਾ ਹੈਗਾ ਅਸਮਾਨ ਦੇ ਵਿੱਚ। ਅੱਛਾ, ਹਾਂ 11 ਵਜੇ ਤੱਕ ਰਹਿੰਦਾ, 11 ਤੋਂ ਬਾਅਦ ਹੀ ਅਸੀਂ ਹਨੇਰਾ ਹੁੰਦਾ, ਜਿਵੇਂ ਆਪਾਂ ਅਸੀਂ ਕਹਿੰਦੇ ਰਾਤ ਹੁੰਦੀ ਹੈ ਨਾ ਹਨੇਰਾ ਪੂਰਾ, 11 ਵਜੇ ਤੋਂ ਬਾਅਦ ਹੀ ਹੁੰਦਾ ਸੂਰਜ ਢਲਦਾ ਫਿਰ ਬਿਲਕੁਲ ਹਨੇਰਾ ਹੁੰਦਾ। ਅਤੇ ਗਰਮੀਆਂ ਦੇ ਵਿੱਚ ਸੂਰਜ ਚੜ੍ਹਦਾ 5 ਵਜੇ ਸੂਰਜ ਚੜ੍ਹ ਜਾਂਦਾ, ਜਦ ਕਿ ਦਿਨ ਵੱਡੇ ਹੋ ਜਾਂਦੇ ਜਿਵੇਂ ਆਪਣੇ ਇੰਡੀਆ ਹੁੰਦੇ ਆ, ਪਰ ਇੰਡੀਆ ਨਾਲੋਂ ਇੱਥੇ ਦਿਨ ਬਹੁਤ ਵੱਡੇ ਹੁੰਦੇ ਆ ਗਰਮੀਆਂ ਦੇ ਵਿੱਚ, ਸੇਮ ਰਾਤਾਂ ਜ਼ਿਆਦਾ ਵੱਡੀਆਂ ਹੁੰਦੀਆਂ ਇੰਡੀਆ ਨਾਲੋਂ ਠੰਡ ਦੇ ਵਿੱਚ। ਅਤੇ ਠੰਡ ਵੀ ਮਤਲਬ ਕਿ ਐਂ ਹੁੰਦਾ ਵੀ ਬੰਦਾ ਖੜ੍ਹਾ ਖੜ੍ਹਾ ਜੰਮ ਜੇ। ਗਰਮੀਆਂ ਇੱਥੇ ਗਰਮੀਆਂ ਵਧੀਆ ਹੁੰਦੀਆਂ, ਗਰਮੀਆਂ ਦੇਖਣ ਵਾਲੀਆਂ ਹੁੰਦੀਆਂ ਨੇ। ਜਿਹੜਾ ਇੰਡੀਆ ਨਵੇਂ ਨਵੇਂ ਆਉਂਦੇ ਨੇ ਉਹ ਸੋਚਦੇ ਆ ਕਿ ਅਸੀਂ ਸਨੋ ਦੇਖਣੀ ਆ, ਅਸੀਂ ਠੰਡ ਦੇਖਣੀ ਆ, ਉਹ ਸ਼ੁਰੂ ਸ਼ੁਰੂ ਦਾ ਹੀ ਚਾਹ ਹੁੰਦਾ ਕਿ ਨਹੀਂ? ਸ਼ੁਰੂ ਸ਼ੁਰੂ 'ਚ ਹੀ ਵਧੀਆ ਲੱਗਦੀ ਆ, ਚਿੱਟੀ ਚਿੱਟੀ ਹੈ ਨਾ ਰੂਮ ਵਰਗੀ ਖਿਲਰੀ ਵੀ, ਜਦੋਂ ਚੱਕਣੀ ਪੈਂਦੀ ਹੈ ਨਾ ਸ਼ਾਵਲਾਂ ਦੇ ਨਾਲ ਢੋਈਦਾ, ਮੈਂ ਕਿਹਾ ਸੱਤਿਆਨਾਸ ਹੋ ਜਾਂਦਾ। ਸਹੀ ਗੱਲ ਹੈ, ਫਿਰ ਬੰਦਾ ਕਹਿੰਦਾ ਹਾਏ ਓਏ ਕਿੱਥੇ ਫਸ ਗਈ ਆ ਕੇ, ਇੰਡੀਆ ਹੀ ਵਧੀਆ ਸੀ। ਲਓ ਜੀ ਆਪਾਂ ਹੁਣ ਸੁਪਰ ਸਟੋਰ ਪਹੁੰਚਣ ਵਾਲੇ ਹਾਂ। ਸੁਪਰ ਸਟੋਰ ਦੀ ਪਾਰਕਿੰਗ ਲਾਟ ਆ, ਭੀੜ ਕਾਫੀ ਅੱਜ ਹਾਂ। ਕਰੇਲੇ, ਬੈਂਗਣ, ਭਿੰਡੀ, ਮਾਸਕ ਨਾਲ ਨਾ ਲਿਫਾਫੇ 'ਚ ਫੂਕ ਮਾਰਨੀ ਔਖੀ ਹੋ ਜਾਂਦੀ ਹੈ। ਨਹੀਂ ਜਿਹੜੀ ਪਤਲੀ ਹੁੰਦੀ ਹੈ ਨਾ ਉਹ ਪੱਕੀ ਘੱਟ ਹੁੰਦੀ ਆ, ਉਹ ਖਾਣ ਵਾਲੀ ਹੁੰਦੀ ਆ, ਜਿਵੇਂ ਆਹ ਹੋ ਗਈ ਆਹ, ਹਾਂ ਆਹ ਸਹੀ ਹੈ ਜਿਹੜੀ ਚੱਕੀ ਹੈ ਤੂੰ, ਇਹ ਸਹੀ ਆ। ਆਹ 3 ਹਾਂ ਤਾਂ ਖਾਣੀ ਪੈਣੀ ਹੁਣ ਲੈ ਲਾ। ਅਖੀਰੇ, ਅਖੀਰਿਆਂ ਦੇ ਬੱਚੇ ਆਹ, ਉਦੋਂ ਵੀ ਬੱਚੇ ਨਿਊ ਬੋਰਨ ਖੀਰਾ ਬੇਬੀ, ਅੱਜ ਵਧੀਆ ਸਾਫ਼ ਸਾਫ਼ ਪਿਆ ਨਾ। ਕਿੰਨੀਆਂ ਗੁੱਟੀਆਂ ਲੈਣੀਆਂ? ਦੋ? ਓਕੇ ਹੈ, ਹਾਂ ਲੈ ਲੈਂਦੇ ਲੈਟਸ, ਵਧੀਆ ਸੈਲਡ ਖਾਣੇ ਵਾਲੀ ਆ। ਹੁਣ ਕਹਿ ਲੈਣਾ
ਔਰੇਂਜ ਸ਼ਿਮਲਾ ਮਿਰਚਾਂ ਯੈਲੋ ਰੈੱਡ ਆਹ ਲਾਲ ਅਤੇ ਹਰੀਆਂ ਵਾਲੀਆਂ ਨੇ ਆਹ ਵਿਦੇਸ਼ੀ ਆ ਬਿਊਟੀਫੁਲ ਧਨੀਆ ਉਹ ਦੋ ਸਿੰਘ ਕੜੇ ਕਿਵੇਂ ਇਹ ਵਾਲੀ ਲੈਟਸ ਲਾਉਣੀ ਹੈ ਕਿ ਦੂਜੀ ਵਾਲੀ ਆਹੀ ਲੈ ਲਾ ਇਹ ਵਧੀਆ ਉਹ ਕੱਢ ਦਈਏ ਫਿਰ ਉਹ ਕੱਢ ਦਿੰਦੇ ਹਾਂ ਆਹ ਲੈ ਲਾ ਖੁੱਲੀ ਵਧੀਆ ਫਰੈਸ਼ ਲੱਗਦੀ ਹੈ ਇਹ ਸੈਲਰੀ ਵੀ ਕਿਹਾ ਸੀ ਉਹਨਾਂ ਨੇ ਖਾਣ ਨੂੰ ਸੈਲਰੀ ਆ ਵਾਲੀ ਹਾਂ ਅੱਜ ਵੈਸੇ ਭੀੜ ਕਾਫੀ ਆ ਬਾਹਰ ਤਾਂ ਦੇਖਣ ਨੂੰ ਲੱਗਦਾ ਸੀਗਾ ਵੀ ਆਇਆ ਨਹੀਂ ਗਾ ਗੱਡੀਆਂ ਘੱਟ ਹੀ ਸੀਗੀਆਂ ਪਰ ਕਾਫੀ ਜ਼ਿਆਦਾ ਭੀੜ ਆਉਂਦਾ ਜਿੰਨੀਆਂ ਮੇਰੇ ਪਿੱਛੇ ਸਾਰੀਆਂ ਸਬਜ਼ੀਆਂ ਦੀ ਲਾਈਨ ਲੱਗੀ ਹੋਈ ਹੈ ਪਰ ਵਰਾਇਟੀ ਇੰਨੀ ਨਹੀਂ ਹੁੰਦੀ ਜਿੰਨੀ ਇੰਡੀਆ ਮਿਲਦੀ ਹੈ ਥੋੜ੍ਹੀ ਹੁੰਦੀ ਹੈ ਵਰਾਇਟੀ ਸੇਬ ਖਾਓ ਜੀ ਸਾਰੇ ਜਣੇ ਕਿੰਨੇ ਤਰ੍ਹਾਂ ਦੇ ਸੇਬ ਪਏ ਆ ਦੇਖੋ ਆਹ ਸਾਰੀ ਦੀ ਸਾਰੀ ਲਾਈਨ ਸੇਬਾਂ ਦੀ ਆ ਤਰ੍ਹਾਂ ਤਰ੍ਹਾਂ ਦੇ ਸੇਬ ਨੇ ਇੰਡੀਆ ਤਾਂ ਆਪਣੇ ਇੱਕ ਦੋ ਤਰ੍ਹਾਂ ਦੇ ਹੁੰਦੇ ਉੱਥੇ ਪਤਾ ਨਹੀਂ 50 ਤਰ੍ਹਾਂ ਦੇ ਸੇਬ ਨੇ ਇੱਥੇ ਐਪਲ ਸਪਾਰਟਨ ਐਪਲ ਫੂਜੀ ਐਪਲ ਗੋਲਡਨ ਐਪਲ ਮੈਕਿੰਟੋਸ਼ ਐਪਲ ਪਿੰਕ ਲੇਡੀ ਪਿੰਕ ਰੰਗ ਤਾਂ ਹੈ ਨਹੀਂ ਕਿਸੇ ਪਾਸੇ ਨਾਮ ਪਿੰਕ ਲੇਡੀ ਰੱਖਿਆ ਲੈ ਲਿਆ ਐਪਲ ਤੁਹਾਨੂੰ ਨਾ ਹੁਣ ਅਸੀਂ ਬਹੁਤ ਵਧੀਆ ਆਈਟਮ ਦਿਖਾਉਣ ਜਾ ਰਹੇ ਹਾਂ ਜਿਹੜੇ ਗੋਰੇ ਚਿੰਨੇ ਬਹੁਤ ਖਾਣਾ ਪਸੰਦ ਕਰਦੇ ਆ ਆਪਣੇ ਤਾਂ ਨਹੀਂ ਖਾਂਦੇ ਵੈਸੇ ਆਹ ਦੇਖੋ ਕੇਕੜੇ ਜਿਉਂਦੇ ਕੇਕੜੇ ਇਹ ਗੋਰੇ ਘਰ ਲਿਜਾ ਕੇ ਨਾ ਜਿਉਂਦਿਆਂ ਨੂੰ ਉਬਾਲਦੇ ਆ ਫਿਰ ਖਾਂਦੇ ਆ ਆਹ ਮੇਰੇ ਪਿੱਛੇ ਸਾਰਾ ਸਮਾਨ ਨਾ ਇਹਨਾਂ ਨੇ ਡੱਬਿਆਂ 'ਚ ਬੰਦ ਕਰਕੇ ਰੱਖਿਆ ਕਰੋਨਾ ਕਰਕੇ ਵੀ ਕੋਈ ਹੱਥ ਨਾ ਲਾਵੇ ਵੀ ਸਾਰੀ ਚੀਜ਼ ਇਨਫੈਕਟਡ ਨਾ ਹੋਵੇ ਤੋ ਆਹ ਮੇਰੇ ਪਿੱਛੇ ਤੁਸੀਂ ਦੇਖ ਰਹੇ ਸਾਰੀਆਂ ਬ੍ਰੈਡਾਂ ਦਾ ਡਿਪਾਰਟਮੈਂਟ ਆ ਪਿੱਛੇ ਕੇਕ ਕੁਕ ਬਣਦੇ ਆ ਪਿੱਛੇ ਬੇਕਰੀ ਲਿਖਿਆ ਕਿੰਨੀਆਂ ਲਈਆਂ ਨੇ ਆਪਾਂ ਦੋ ਬ੍ਰੈਡਾਂ ਲਈਆਂ ਓਕੇ ਹੈਗੀ ਹਾਲੇ ਕਿ ਗਾਰਲਿਕ ਬ੍ਰੈਡ ਤਾਂ ਉਹ ਖਾਵਾਂਗੇ ਜਿਹ 'ਚ ਮੈਦਾ ਨਾ ਹੋਇਆ ਅਤੇ ਸ਼ੂਗਰ ਘੱਟ ਹੋਈ ਸ਼ੂਗਰ ਦੇਖ ਕਿੰਨੀਆਂ 'ਚ 1 ਗ੍ਰਾਮ ਕਿੰਨੇ ਪੀਸ 'ਚ ਸੋ ਇੱਕ ਪੀਸ ਦੇ ਵਿੱਚ 1 ਗ੍ਰਾਮ ਆ ਮਿੱਠਾ ਤਾਂ ਨਹੀਂ ਖਾਣਾ ਕੇਕ 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 ਡਿੱਬੇ ਮੈਂ ਡਿੱਬਾ ਡਿੱਬੇ ਮੈਂ ਕੇਕ ਸੋ ਨਾਓ ਐਕਚੁਲੀ ਵੀ ਆਰ ਲੁਕਿੰਗ ਫਾਰ ਲੈਸ ਕੈਲੋਰੀ ਐਂਡ ਲੈਸ ਸ਼ੂਗਰ ਜੂਸ ਇਟਸ ਰੀਲੀ ਹਾਰਡ ਟੂ ਫਾਈਨ ਇਨ ਕੈਨੇਡਾ ਬਿਕੋਜ਼ ਐਵਰੀਥਿੰਗ ਇਜ਼ ਕੰਟੇਨਡ ਸ਼ੂਗਰ ਐਕਚੁਲੀ ਨਾਟ ਜਸਟ ਸ਼ੂਗਰ ਅ ਲੋਟ ਆਫ ਸ਼ੂਗਰ ਐਂਡ ਅਦਰ chemicals that we don't need in our body yeah sure dekhe da ki ya oh teri 5 gram sugar hai no never mind put it back so aa hai gaya whey proteins gym wale waste only gym guys knows about it ਬੇਬੀ ਸ਼ੂਗਰ ਸਾਰਿਆਂ 'ਚ ਹੀ ਆ ਸੋ ਆਪਾਂ ਪਰਲੀ ਸ਼ੈਲਫ ਦੇਖਦੇ ਹਾਂ ਆਹ ਦੇਖੋ ਚਿਪਸਾਂ ਦੇ ਲਾਲਚੀ ਚਿਪਸ ਲੱਭਣ ਲੱਗੇ ਆ
variety of chips here. क्यों लब्या? लब्या? Chips कहंदे देखने नूं सोने भी चाहिए है। जो सोने बनके ताई स्वाद बनके। किन्ना शुगर है? शुगर 1 ग्राम है। किन्ने? 16 chips दे विच। ये तो बहुत ज़्यादा है। ज़्यादा? ओ वेखो तू organic देख। जी मैं हाँ येलो कोन organic है। देखा ना organic है। एच भी 1 ग्राम है बाई चिप्स आज किन्ने पूरे बैग च का कीते बाई चिप्स तो 50 ग्राम है ते बैग हैगा ये किन्ने ग्राम दा बैग 220 ग्राम दा सो बेसिकली ये दे विच बहुत ज्यादा हो शुगर रहन दे रख दे कितने चक्के से पे हैं रखो वापस रखो रखो ਲੈ ਲੈਣੇ ਆ ਜਿਹੜੇ ਮਿਲਦੇ ਚੱਕ ਲੈਣੇ ਆ ਮੈਂ ਇੱਕ ਵਾਰ ਜੇ ਮੂੰਹ ਨੂੰ ਲੱਗ ਗਏ ਫਿਰ ਛੱਡਦਾ ਕੌਣ ਹੁੰਦਾ ਜਿੰਨਾ ਚਿਰ ਪੈਕਟ ਖਤਮ ਨਹੀਂ ਹੁੰਦਾ ਉਹਨਾਂ ਚਿਰ ਰੱਖਦੇ ਨਹੀਂ ਆਪਾਂ ਨਹੀਂ ਮੇਰੇ ਚ ਸਬਰ ਹੈਗਾ ਅੱਛਾ ਹਾਂ ਅੱਛਾ ਠੀਕ ਹੈ ਦੇਖੀ ਜਾਂਦੀ ਆ ਸਬਰ ਹੈਗਾ ਮੇਰੇ ਚ ਸਬਰ ਹੈਗਾ ਇੱਧਰ ਕੈਮਰੇ ਵੱਲ ਵੇਖੀ ਨਹੀਂ ਮੇਰੇ ਚ ਸਬਰ ਹੈਗਾ ਸਬਰ ਹੈਗਾ ਕਹਿੰਦੀ ਮੇਰੇ ਚ ਮਨਪ੍ਰੀਤ ਕਾਫੀ ਦੇਖਣ ਲੱਗੇ ਹੋਏ ਨੇ ਕਿਵੇਂ ਲੱਗੀ ਸੈੱਟ ਹੈ ਟੋਪੀ ਹਾਂ ਬਹੁਤ ਸੋਹਣੀ ਹੈ ਹਾਂ ਪਾਗਲ ਹੈ ਦਿਖਾ ਸਹੀ ਹੈ ਨਾ ਕਲਰ ਹਾਂ ਰੰਗ ਵੀ ਵਧੀਆ ਇਹ ਲਾਈਟ ਪਿੰਕ ਵੀ ਹੈ ਪਰ ਉਹ ਫਿਰ ਕਿਸੇ ਨਾਲ ਚੱਲੂਗਾ ਨਹੀਂ ਆ ਸਹੀ ਹੈ ਮਲਟੀ ਚੱਲ ਜਾਏਗਾ ਚਲੋ ਮੈਂ ਲੈ ਕੇ ਚਲੂਗੀ ਆਗੇ ਚਲੀ ਜਾਂਦੀ ਹਾਂ ਚਲ ਓਕੇ ਫਿਰ ਚਲੋ ਚਲਾ ਲੈ ਫੜਨ ਬਣਾ क्रिसमस आने वाला देखो क्रिसमस का समान डेकोरेशन दा वाओ सो नाइस डिपार्टमेंट अंदर जाना सौखा जितों लेडीज निकल दी नहीं निकल औखा मैं बॉडी वॉश लेना सीगा I think vitamin E mask ka na appa I don't know main yaad nahi eh rang kaise chitta hai siga oh siga wala siga main yaad hai agda feel kita अच्छा अभी बहुत सही नहीं बढ़िया जी का तो खा जा ले खा जा ब्रेड ते लाके खा जा ओके चिलर चिलर खा कर दे जेब में ये वही चिलर जो लब्बे फिर जेब चो अच्छा चलो चलिए शॉपिंग हो गई डन या लेट्स गो बाहर हो गई है ठंड
ਬਾਰਿਸ਼ ਤਾਂ ਬੰਦ ਹੈ। ਕਿੱਥੇ ਖੜਾਈ ਆਪਾਂ ਗੱਡੀ? ਬਹੁਤ ਦੂਰ ਖੜਾਈ ਆ। ਮੌਸਮ ਕਾਫੀ ਠੰਡਾ ਹੋ ਚੁੱਕਿਆ। ਹੈਲਪ ਚਾਹੀਦੀ? ਕੁਛ ਜ਼ਿਆਦਾ ਹੀ ਹੈ ਕਿ ਨਹੀਂ? ਓਹੋ, ਠੰਡ ਕਾਫੀ ਹੋ ਗਈ। ਹਫ਼ਤੇ ਦਾ ਸਮਾਨ ਆ ਗਿਆ ਸਾਡਾ। ਠੀਕ ਹੈ, ਇੰਨਾ ਸਮਾਨ ਹਫ਼ਤੇ ਲਈ ਆਉਂਦਾ। ਲਓ ਜੀ, ਹੁਣ ਅਸੀਂ ਗਰੋਸਰੀ ਕਰਕੇ ਵਾਪਸ ਚੱਲੇ ਘਰ ਨੂੰ ਅਤੇ ਆ ਗਏ ਜੀ ਕਾਰਟ ਖੜਾ ਕੇ। ਠੰਡ ਹੈਗੀ ਆ ਕਾਫੀ ਜ਼ਿਆਦਾ ਆ। ਹੁਣ ਹੋ ਗਈ ਰਾਤ ਨੂੰ ਨਾ ਆਪਾਂ ਆਇਆਂ 'ਚ ਹੁਣ ਮੋਚੋ ਬਰੂਟੋ ਸਲਾਹ ਚੇਂਜ ਹੋ ਗਈ ਸਾਡੀ। ਹੋਰ ਕੀ ਆ, ਚਲੋ ਬਾਉਲ ਮੋਚੋ ਬਰੂਟੋ ਵੈਜੀ ਬਾਉਲ।